ਰੋਜ਼ਾਨਾ ਲੋਕਨਾਦ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਆ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਪੰਜਾਬ ਕਾਂਗਰਸ ਨੇ ਹੁਣ ਪੂਦੇ ਤਰੀਕੇ ਦੇ ਨਾਲ ਤਿਆਰੀ ਖਿੱਚ ਲਈ ਹੈ ਹੁਣ ਜਲਦ ਜਿਹੜੀ ਹੈ ਉਮੀਦਵਾਰਾਂ ਦੀ ਲਿਸਟ ਜਨਤਕ ਹੋ ਜਾਵੇਗੀ ਨਾਮ ਫਾਈਨਲਾਈਜ਼ ਕਰ ਲਏ ਗਏ ਨੇ ਇਸੇ ਹਫ਼ਤੇ ਜਿਹੜੀ ਆ ਉਹ ਲਿਸਟ ਜਾਰੀ ਕਰ ਦਿੱਤੀ ਜਾਊਗੀ ਕਿਹੜੇ ਕਿਹੜੇ ਨਾਮ ਨੇ ਉਹ ਵੀ ਤੁਹਾਨੂੰ ਦੱਸਾਂਗੇ ਇਹਨਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਤੇ ਕਿਹਨਾਂ ਨੂੰ ਮਿਲੀਆਂ ਨੇ ਉਹ ਵੀ ਤੁਹਾਨੂੰ ਦੱਸਾਂਗੇ ਨਾਲ ਹੀ ਨਾਲ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਆ ਰਹੀ ਹੈ ਉਹ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਤੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਹਰਪ੍ਰੀਤ ਸਿੱਧੂ ਵਾਲੇ ਮਾਮਲੇ 'ਚ ਐਸਟੀਐਫ ਵਾਲੇ ਮਾਮਲੇ ਦੇ ਵਿੱਚ ਤੇ ਹੁਣ ਅੱਗੇ ਦੇ ਸਮੀਕਰਨ ਕੀ ਬਣਨਗੇ ਕੀ ਵਿਕਰਮ ਸਿੰਘ ਮਜੀਠੀਆ ਇਹਦੇ ਵਿੱਚੋਂ ਤਕੜੇ ਹੋ ਕੇ ਨਿਕਲਣਗੇ ਜਾਂ ਫਿਰ ਜਿਸ ਤਰੀਕੇ ਦੇ ਨਾਲ ਸਰਕਾਰ ਲਗਾਤਾਰ ਲੱਗੀ ਹੋਈ ਹੈ ਜਾਂ ਵੋਟਾਂ ਤੱਕ ਵਿਕਰਮ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਜਾਊਗਾ ਇਹਨਾਂ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ ਅੱਗੇ ਦਾ ਸਰਕਾਰ ਦਾ ਐਕਸ਼ਨ ਕੀ ਹੋਊਗਾ ਅੱਗੇ ਦਾ ਅਕਾਲੀ ਦਲ ਦਾ ਐਕਸ਼ਨ ਕੀ ਹੋਊਗਾ ਵਿਕਰਮ ਸਿੰਘ ਮਜੀਠੀਆ ਤੇ ਉੱਪਰ ਹੋਈ ਐਫ ਆਈ ਆਰ ਦਰਜ ਤੋਂ ਬਾਅਦ ਗ੍ਰਿਫਤਾਰੀ ਜਦੋਂ ਹੋਏਗੀ ਤਾਂ ਉਸ ਤੋਂ ਬਾਅਦ ਉਹਦੇ ਸੱਟੇ ਕੀ ਨਿਕਲਣਗੇ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਡਾਕਟਰ ਭੀਮਨ ਦਤਿੰਗ ਜੀ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਡਾਕਟਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਸੁਖਿੰਦਰ ਜੀ ਡਾਕਟਰ ਸ਼ੁਰੂਆਤ ਆਪਾਂ ਜਿਹੜੀ ਇਸ ਵੇਲੇ ਦੀ ਵੱਡੀ ਖਬਰ ਆ ਉਹ ਤੋਂ ਹੀ ਲੈ ਕੇ ਕਰੀਏ ਜੀ ਵਿਕਰਮ ਸਿੰਘ ਮਜੀਠੀਆ ਦੇ ਉੱ퍼 ਐਫਆਈਆਰ ਦਰਜ ਹੋਈ ਹੈ ਇੱਕ ਵਾਰੀ ਆਪਣੇ ਦਰਸ਼ਕਾਂ ਨੂੰ ਦੱਸ ਦਿਓ ਕਿ ਕਿਸ ਮਾਮਲੇ ਦੇ ਵਿੱਚ ਐਫਆਈਆਰ ਦਰਜ ਹੋਈ ਹੈ ਵੈਸੇ ਤਾਂ ਮੈਂ ਦੱਸ ਹੀ ਚੁੱਕਿਆ ਹਾਂ ਪਰ ਤੁਸੀਂ ਥੋੜਾ ਜਿਹਾ ਕਲੀਅਰ ਕਰ ਦਿਓ ਕਿਸ ਮਾਮਲੇ ਦੇ ਵਿੱਚ ਐਫਆਈਆਰ ਦਰਜ ਹੋਈ ਹੈ ਤੇ ਗ੍ਰਿਫਤਾਰੀ ਕਦੋਂ ਤੱਕ ਵਿਕਰਮ ਸਿੰਘ ਮਜੀਠੀਆ ਹੋ ਸਕਦੀ ਹੈ ਸੁਖਵਿੰਦਰ ਜੀ ਦੇਖੋ ਜਿਹੜਾ ਕੇਸ ਹੈ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਖਾਸ ਤੌਰ ਤੇ ਨਸ਼ਿਆਂ ਨੂੰ ਲੈ ਕੇ ਜਦੋਂ ਆਪਾਂ ਗੱਲ ਕਰਦੇ ਆ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਆਪਾਂ ਕਹਿ ਸਕਦੇ ਹਾਂ ਕਿ ਨਸ਼ਿਆਂ ਦਾ ਜਿਹੜਾ ਸਿਆਸੀ ਮੁੱਦਾ ਹੈ ਇਹਨੂੰ ਸਿਆਸਤ ਦੇ ਨਾਲ ਜੋੜ ਕੇ ਜਿਹੜਾ ਹੈਗਾ ਦੇਖਣ ਦੀ ਲੋੜ ਹੈ ਔਰ ਚਾਹੇ 17 ਦੀਆਂ ਚੋਣਾਂ ਹੋਣ ਉਸ ਤੋਂ ਬਾਅਦ 19 ਦੀਆਂ ਚੋਣਾਂ ਹੋਣ ਲੋਕ ਸਭਾ ਦੀਆਂ ਜਾਂ ਹੁਣ 22 ਦੀਆਂ ਚੋਣਾਂ ਹੋਣ ਇਨ੍ਹਾਂ ਚੋਣਾਂ ਦੇ ਵਿੱਚ ਜਿਹੜਾ ਹੈਗਾ ਪਿਛਲੇ ਚਾਹੇ ਲਗਭਗ 5 ਸਾਲ ਹੋਣ ਇਨ੍ਹਾਂ ਸਾਲਾਂ ਦੇ ਵਿੱਚ ਦੋ ਮੁੱਦੇ ਜਿਹੜੇ ਨੇ ਬਹੁਤ ਅਹਿਮ ਰਹੇ ਨੇ ਖਾਸ ਦੌਰ ਤੇ ਬਰਗਾੜੀ ਕਾਂਡ ਨੂੰ ਲੈ ਕੇ ਜਾਂ ਕੋਟ ਪੂਰਾ ਗੋਲੀ ਕਾਂਡ ਨੂੰ ਲੈ ਕੇ ਜਿਹੜਾ ਹੈਗਾ ਮੁੱਦਾ ਪੱਖਿਆ ਹੋਇਆ ਸੀਗਾ ਔਰ ਲਗਾਤਾਰ ਉਹ 5 ਸਾਲ ਪੱਖਦਾ ਰਿਹਾ ਇਸੇ ਤਰ੍ਹਾਂ ਦਾ ਮੁੱਦਾ ਜਿਹੜਾ ਹੈਗਾ ਨਸ਼ਾ ਨੂੰ ਲੈ ਕੇ ਖਾਸ ਤੌਰ ਤੇ ਜਿਹੜੀਆਂ ਕੈਪਟਨ ਸਾਹਿਬ ਨੇ ਜਿਹੜੇ ਵਾਅਦੇ ਕੀਤੇ ਸੀਗੇ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਾ ਜਿਹੜਾ ਹੈਗਾ ਨਸ਼ੇ ਦਾ ਲੱਖ ਤੋੜਦਾਗਾ ਔਰ ਜਿਹੜੀਆਂ ਵੱਡੀਆਂ ਮੱਛਲੀਆਂ ਨੇ ਵੱਡੇ ਮગર ਮੱਛ ਨੇ ਨਸ਼ੇ ਦੇ ਤਸਕਰ ਨੇ ਜਿਹੜੇ ਉਹਨਾਂ ਨੂੰ ਜੇਲਾਂ ਦੇ ਅੰਦਰ ਡੱਕਾਂਗਾ ਯਾਨੀ ਕਿ ਇਹ ਵੱਡੇ ਵੱਡੇ ਵਾਅਦੇ ਕਿਸੇ ਵੇਲੇ ਕੈਪਟਨ ਸਾਹਿਬ ਨੇ ਕੀਤੇ ਸੀਗੇ ਔਰ ਉਹਨਾਂ ਵਾਅਦਿਆਂ ਨੂੰ ਲੈ ਕੇ ਕਾਂਗਰਸ ਸਰਕਾਰ ਜਾਂ ਕੈਪਟਨ ਸਾਹਿਬ ਲਗਭਗ 4.5 ਸਾਲ ਉਹ ਮੁੱਖ ਮੰਤਰੀ ਰਹੇ ਉਹਨਾਂ ਨੂੰ ਉਹਨਾਂ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਗੁੰਗਲੂਆਂ ਦੇ ਤੋਂ ਮਿੱਟੀ ਝਾੜਨ ਦੀ ਉਹਨਾਂ ਨੇ ਹਮੇਸ਼ਾ ਹੀ ਕੋਸ਼ਿਸ਼ ਕੀਤੀ ਹੈ ਔਰ ਉਹ ਲਗਾਤਾਰ ਉਹ ਜਿਹੜਾ ਇਦਾਂ ਦੇ ਜਿਹੜੇ ਵਾਅਦੇ ਸੀਗੇ ਉਹ ਲਟਕਦੇ ਆ ਰਹੇ ਸੀਗੇ ਔਰ ਲੋਕ ਨਿਰਾਸ਼ ਹੋ ਕੇ ਘਰਾਂ 'ਚ ਬੈਠ ਕੇ ਸੀਗੇ ਲੋਕਾਂ ਨੂੰ ਉਦਾਸੀ ਸੀਗੀ ਔਰ ਲੋਕ ਇਹ ਚਾਹੁੰਦੇ ਸੀਗੇ ਪਤਾ ਨਹੀਂ ਇਦਾਂ ਦੇ ਜਿਹੜੇ ਨੇ ਵੱਡੇ ਵੱਡੇ ਵਾਅਦੇ ਲੀਡਰ ਕਰਦੇ ਨੇ ਪਰ ਉਹਨਾਂ ਨੂੰ ਪੂਰਾ ਕਿਉਂ ਨਹੀਂ ਕਰ ਰਹੇ ਸੋ ਉਸ ਚੀਜ਼ ਦਾ ਪ੍ਰੈਸ਼ਰ ਜਦੋਂ ਚੰਨੀ ਸਰ ਸਾਬ ਮੁੱਖ ਮੰਤਰੀ ਬਣਦੇ ਨੇ ਤਾਂ ਉਹਨਾਂ ਦੇ ਉੱਤੇ ਵੀ ਵੱਡਾ ਜਿਹੜਾ ਹੈਗਾ ਪ੍ਰੈਸ਼ਰ ਬਣਦਾ ਹੈ ਔਰ ਲਗਾਤਾਰ ਲਗਭਗ 3 ਮਹੀਨੇ ਉਹਨਾਂ ਨੂੰ ਹੋ ਚੁੱਕੇ ਸੀਗੇ ਔਰ ਕੋਈ ਕਾਰਵਾਈ ਕਰਦੇ ਨਜ਼ਰ ਨਹੀਂ ਸੀ ਆ ਰਹੇ ਸੋ ਇਸ ਚੀਜ਼ ਨੂੰ ਲੈ ਕੇ ਜਦੋਂ ਨਵਜੋਤ ਸਿੰਘ ਸਿੱਧੂ ਜਿਹੜੇ ਪ੍ਰੈਸ਼ਰ ਬਣਾਉਂਦੇ ਨੇ ਖਾਸ ਤੌਰ ਤੇ ਜਿਹੜੇ ਵੱਡੀਆਂ ਦੋ ਨਿਯੁਕਤੀਆਂ ਨੇ ਚਾਹੇ ਪੁਲਿਸ ਆਫੀਸਰ ਦੀਆਂ ਨਿਯੁਕਤੀਆਂ ਹੋਣ ਚਾਹੇ ਜਿਹੜੇ ਨੇ ਏਜੀ ਸਾਹਿਬ ਦੀ ਨਿਯੁਕਤੀ ਹੋਵੇ ਉਹਨਾਂ ਨੂੰ ਲੈ ਕੇ ਉਹਨਾਂ ਨੇ ਸਤੀਫੇ ਵੀ ਦਿੱਤੇ ਔਰ ਉਹਨਾਂ ਨੇ ਕਿਹਾ ਕਿ ਅਸੀਂ ਹਰ ਹਾਲਤ ਦੇ ਵਿੱਚ ਮੁੱਦੇ ਜਿਹੜੇ ਨੇ ਹੱਲ ਕਰਨਾ ਚਾਹੁੰਦੇ ਆ ਪਰ ਉਹਨਾਂ ਨੇ ਬਾਰ ਬਾਰ ਇਹ ਗੱਲ ਜਿਹੜੀ ਨਵਜੋਤ ਸਿੰਘ ਸਿੱਧੂ ਨੇ ਕਹੀ ਸੀਗੀ ਕਿ ਮੇਰੀ ਵਾਹ ਨਹੀਂ ਚੱਲ ਰਹੀ ਔਰ ਉਹਨਾਂ ਦੀ ਵਾਹ ਇਸ ਲਈ ਨਹੀਂ ਚੱਲ ਰਹੀ ਕਿਉਂਕਿ ਉਹਨਾਂ ਕੋਲ ਸੱਤਾ ਨਹੀਂ ਸੀਗੀ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਸੀਗੀ ਉਹ ਜਥੇਬੰਦਕ ਟਾਂਚੇ ਨੂੰ ਮਜ਼ਬੂਤ ਕਰਨ ਦੀ ਦਿੱਤੀ ਗਈ ਸੀ ਪਰ ਬਾਰ ਬਾਰ ਉਹਨਾਂ ਨੇ ਕਿਹਾ ਕਿ ਨਾ ਤਾਂ ਮੇਰੇ ਕੋਲ ਗ੍ਰਹਿ ਮੰਤਰਾਲਾ ਹੈ ਨਾ ਮੈਂ ਕੋਈ ਮੁੱਖ ਮੰਤਰੀ ਆ ਇਸ ਲਈ ਮੈਂ ਇਦਾਂ ਦੇ ਕੋਈ ਮਸਲੇ ਹੱਲ ਨਹੀਂ ਕਰ ਸਕਦਾ ਪਰ ਹੁਣ ਜਿਹੜਾ ਹੁਣ ਅਗਲੇ ਆਪਾਂ ਦੇਖ ਸਕਦੇ ਆ ਕਿ ਅਗਲੇ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਪ੍ਰੈਸ਼ਰ ਜਿਹੜੀ ਹੈਗਾ ਸਰਕਾਰ ਦੇ ਉੱਤੇ ਦਿਖਾਈ ਦੇ ਰਿਹਾ ਹੈ ਚੰਨੀ ਸਰਕਾਰ ਦੇ ਉੱਤੇ ਦਿਖਾਈ ਦੇ ਰਿਹਾ ਹੈ ਪਰ ਸਵਾਲ ਜਿਹੜਾ ਵੱਡਾ ਸੁਖਵਿੰਦਰ ਜੀ ਇਹ ਇਹਦੇ ਵਿੱਚੋਂ ਬਣਦਾ ਹੈ ਕਿ ਇਹ ਜਿਹੜੀ ਐਫ ਆਈ ਆਰ ਹੈ ਹੁਣੀ ਕਿਉਂ ਹੋਈ ਹੈ ਇਸ ਵੇਲੇ ਜਦੋਂ ਬਹੁਤ ਥੋੜਾ ਸਮਾਂ ਰਹਿ ਗਿਆ ਹੈ ਔਰ ਆਪਾਂ ਨੇ ਆਪਾਂ ਇਹ ਸਾਰੇ ਜਾਣਦੇ ਆ ਕਿ ਪਿਛਲੇ ਦਿਨਾਂ ਡਾਕਟਰ ਸਵਾਲ ਹਰਦੇ ਨਹੀਂ ਜੇ ਸਾਢੇ 4 ਸਾਲਾਂ ਤੋਂ ਐਫਆਈਆਰ ਦਰਜ ਨਹੀਂ ਹੋਈ ਪਿਛਲੇ ਪੌਣੇ 3 ਮਹੀਨੇ ਵੀ ਇਹੀ ਗੱਲ ਸੋਚੀ ਗਈ ਐਫਆਈਆਰ ਦਰਜ ਨਹੀਂ ਹੋਈ ਤੇ ਸੋਚਿਆ ਗਿਆ ਕਿ ਭਾਈ ਹਾਈ ਕੋਰਟ ਜਿਹੜੀ ਹੈ ਉਹ ਰਿਪੋਰਟ ਖੋਲੇਗੀ ਫਿਰ ਕਾਰਵਾਈ ਕਰਾਂਗੇ ਤੇ ਹਾਈ ਕੋਰਟ ਨੇ ਰਿਪੋਰਟ ਫਿਰ ਵੀ ਨਹੀਂ ਖੋਲੀ ਕਾਰਵਾਈ ਫਿਰ ਵੀ ਹੋਈ ਫਿਰ ਵੀ ਕੀਤੀ ਗਈ ਤੇ ਜੇ ਹੁਣ ਕੀਤੀ ਜਾ ਸਕਦੀ ਆ ਤਾਂ ਫਿਰ ਸਾਢੇ 4 ਸਾਲ ਪਹਿਲਾਂ ਕਿਉਂ ਨਹੀਂ ਜਾਂ ਫਿਰ ਜਦੋਂ ਚੰਨੀ ਸਰਕਾਰ ਆਈ 3 ਮਹੀਨੇ ਪਹਿਲਾਂ ਕਿਉਂ ਨਹੀਂ ਯਾਨੀ ਕਿ ਇਹ ਵੀ ਕਿਤੇ ਨਾ ਕਿਤੇ ਸਰਕਾਰ ਤੇ ਵੀ ਸਵਾਲ ਖੜੀ ਹੁੰਦੇ ਨੇ ਜੀ ਬਹੁਤ ਵੱਡੇ ਸਵਾਲ ਨੇ ਦੇਖੋ ਆਪਾਂ ਪਹਿਲਾਂ ਵੀ ਇਹ ਗੱਲ ਕਰਦੇ ਆ ਰਹੇ ਹਾਂ ਕਿ ਇਸ ਇਹਨਾਂ ਦੋ ਬੁੱਧਿਆ ਦੇ ਉੱਤੇ ਖਾਸ ਤੌਰ ਤੇ ਨਸ਼ਿਆਂ ਨੂੰ ਲੈ ਕੇ ਜਾਂ ਬਰਗਾੜੀ ਕਾਂਡ ਨੂੰ ਲੈ ਕੇ ਬੇਅਦਬੀ ਨੂੰ ਲੈ ਕੇ ਇਹਦੇ ਉੱਤੇ ਲਗਾਤਾਰ ਜਿਹੜੀ ਹੈਗੀ ਆ ਸਿਆਸਤ ਹੀ ਹੁੰਦੀ ਰਹੀ ਹੈ ਇਹਨਾਂ ਦੇ ਉੱਤੇ ਕਾਰਵਾਈ ਨਹੀਂ ਹੋਈ ਇਹ ਆਪਾਂ ਪਹਿਲਾਂ ਵੀ ਆਪਣੇ ਦਰਸ਼ਕਾਂ ਨੂੰ ਗੱਲਾਂ ਦੱਸਦੇ ਰਹੇ ਹਾਂ ਪਰ ਹੁਣ ਕਿਉਂਕਿ ਚੋਣਾਂ ਨੇੜੇ ਨੇ ਇਸ ਕਰਕੇ ਆਪਾਂ ਸਾਰੇ ਜਾਣਦੇ ਹਾਂ ਕਿ ਇਦਾਂ ਦੀਆਂ ਕਠਿਨਾਵਾਂ ਦੇ ਵਿੱਚ ਤੇਜ਼ੀ ਲਿਆਉਣ ਦੇ ਲਈ ਲੋਕਾਂ ਨੂੰ ਜਿਹੜਾ ਹੈਗਾ ਉਨ੍ਹਾਂ ਦੇ ਜਿਹੜੇ ਬੁਨਿਆਦੀ ਮੁੱਦੇ ਨੇ ਇਸ ਵੇਲੇ ਹੱਲ ਤਾਂ ਉਹ ਕਰਨੇ ਸੀਗੇ ਚਾਹੇ ਐਜੂਕੇਸ਼ਨ ਦਾ ਮੁੱਦਾ ਹੋਵੇ ਚਾਹੇ ਕਿਸਾਨਾਂ ਦੀ ਜਿਹੜੇ ਹੈਗਾ ਕਰਜ਼ਾ ਮਾਫੀ ਦਾ ਮੁੱਦਾ ਹੋਵੇ ਜਾਂ ਹੈਲਥ ਦਾ ਮੁੱਦਾ ਹੋਵੇ ਇਹਨਾਂ ਦੇ ਉੱਤੇ ਜਦੋਂ ਅੱਜ ਸਿਆਸਤ ਪੱਖਣੀ ਚਾਹੀਦੀ ਸੀਗੀ ਤਾਂ ਚੰਨੀ ਸਾਹਿਬ ਇਹ ਜਿਹੜੇ ਹੁਣ ਇਦਾਂ ਦੀ ਕੋਸ਼ਿਸ਼ ਕਰ ਰਹੇ ਨੇ ਦਿਖਾਉਣ ਦੀ ਕਿ ਦੇਖੋ ਜੀ ਅਸੀਂ ਤਾਂ ਸਾਰੀਆਂ ਅੜਚਨਾਾਂ ਦੇ ਬਾਵਜੂਦ ਐਫ ਆਈ ਆਰ ਕਰਕੇ ਦਿਖਾਤੀ ਸੋ ਕਹਿਣ ਦਾ ਮਤਲਬ ਹੈ ਕਿ ਗੁੰਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਹੈ ਲੋਕਾਂ ਨੂੰ ਦੁਬਾਰਾ ਫੇਰ ਬੁੱਧੂ ਬਣਾਉਣ ਦੀ ਕੋਸ਼ਿਸ਼ ਹੈ ਜੇਕਰ ਇਹ ਕਾਰਵਾਈ ਅੱਜ ਹੋ ਸਕਦੀ ਹੈ ਜੇਕਰ ਅੱਜ ਐਫ ਆਈ ਆਰ ਮਜੀਠੀਆ ਸਾਹਿਬ ਤੇ ਹੋ ਸਕਦੀ ਹੈ ਤਾਂ ਅੱਜ ਤੋਂ 4.5 ਸਾਲ ਪਹਿਲਾਂ ਜਾਂ 5 ਪੌਣੇ 5 ਸਾਲ ਪਹਿਲਾਂ ਕਿਉਂ ਨਹੀਂ ਹੋ ਹੋ ਸਕੀ ਸੋ ਇਦਾਂ ਦੇ ਵੱਡੇ ਸਵਾਲ ਜਿਹੜੇ ਨੇ ਅੱਜ ਪੰਜਾਬ ਦੇ ਲੋਕ ਇਹਨਾਂ ਸਰਕਾਰਾਂ ਤੋਂ ਪੁੱਛਣੇ ਚਾਹੁੰਦੇ ਨੇ ਚੰਨੀ ਸਾਹਿਬ ਤੋਂ ਪੁੱਛਣਾ ਚਾਹੁੰਦੇ ਨੇ ਸੋ ਕਹਿਣ ਦਾ ਮਤਲਬ ਹੈ ਕਿ ਇਹਦੇ ਚੋਂ ਨਿਕਲਣਾ ਕੁਝ ਨਹੀਂ ਹੈ ਸਿਆਸਤ ਹੋਏਗੀ ਔਰ ਸਿਆਸਤ ਪਹਿਲਾਂ ਹੋਈ ਹੈ ਔਰ ਅੱਜ ਵੀ ਹੋ ਰਹੀ ਹੈ ਤੋ ਆਪਾਂ ਕਹਿ ਸਕਦੇ ਆ ਆਪਣੇ ਦਰਸ਼ਕਾਂ ਨੂੰ ਕਿ ਜੇਕਰ ਚੰਨੀ ਸਾਹਿਬ ਨੂੰ ਲੱਗਦਾ ਹੈ ਕਿ ਇਦਾਂ ਦੀ ਐਫਆਈਆਰ ਕਰਕੇ ਉਹ ਲੋਕਾਂ ਨੂੰ ਬੁੱਧੂ ਬਣਾ ਲਾਂਗੇ ਜਾਂ ਵੋਟਾਂ ਨੂੰ ਬਟੋਰਨ ਦੀ ਕੋਸ਼ਿਸ਼ ਕਰਨਗੇ ਵੋਟਾਂ ਦੀ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕਰਨਗੇ ਇਦਾਂ ਦੀ ਕੋਈ ਸੰਭਾਵਨਾਵਾਂ ਹੋ ਨਜ਼ਰ ਨਹੀਂ ਆਉਂਦੀਆਂ ਹਾਂ ਹੁਣ ਕਿਉਂਕਿ ਤੀਰ ਚੱਲ ਤੀਰ ਦੂਜੇ ਪਾਸੇ ਦੂਜੇ ਪਾਸੇ ਅਕਾਲੀ ਦਲ ਵੀ ਲਗਾਤਾਰ ਇਹ ਜਦੋਂ ਪ੍ਰੈਸ ਕਾਨਫਰੰਸਾਂ ਕਰਦਾ ਰਿਹਾ ਹੈ ਜਾਂ ਫਿਰ ਪਿਛਲੇ ਆਪਾਂ ਮਹੀਨੇ ਦੇਖਿਆ ਤਾਂ ਅਕਾਲੀ ਦਲ ਵੀ ਪਪਾਂ ਭਾਰ ਹੋ ਗਿਆ ਸੀ ਜਦੋਂ ਪਤਾ ਲੱਗਾ ਕਿ ਵਿਕਰਮ ਮਜੀਠੀਆ ਦੇ ਉੱਪਰ ਇਸ ਤਰੀਕੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਕੀਤਾ ਕਿਹਾ ਜਾ ਰਿਹਾ ਕਿ ਵੋਟਾਂ ਨੇੜੇ ਦੇ ਕੇ ਰਾਜਨੀਤੀ ਤਾਂ ਪੱਦਰ ਥੱਲੇ ਸੈਟ ਕੇ ਕਾਂਗਰਸ ਜਿਹੜੀ ਹੈ ਉਹ ਜਾਣਬੁੱਝ ਕੇ ਵਿਕਰਮ ਸਿੰਘ ਮਜੀਠੀਆ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਅਸੀਂ ਖੁਦ ਕਹਿੰਦੇ ਆ ਰਹੇ ਹਾਂ ਅਸੀਂ ਖੁਦ ਗ੍ਰਿਫਤਾਰੀਆਂ ਦੇਣਾ ਰਹੇ ਹਾਂ ਤਾਂ ਉਦੋਂ ਵਿਕਰਮ ਸਿੰਘ ਮਜੀਠੀਆ ਤੇ ਜੇ ਕਾਰਵਾਈ ਕਰਨੀ ਸੀ ਤਾਂ ਉਦੋਂ ਹੀ ਫੜ ਲੈਂਦੇ ਫਿਰ ਵਿਕਰਮ ਸਿੰਘ ਮਜੀਠੀਆ ਨੂੰ ਤਾਂ ਹੁਣ ਕਿਸ ਤਰੀਕੇ ਦੀ ਕਾਰਵਾਈ ਹੁਣ ਜੇ ਕਾਰ ਹੀ ਦਿੱਤੀ ਹੈ ਤਾਂ ਕਿ ਗ੍ਰਿਫਤਾਰੀ ਹੋ ਪਾਏਗੀ ਯਾਹ ਫਿਰ ਸਿਰਫ ਲੋਕਾਂ ਦੇ ਅੱਖੀ ਕਟਾ ਪਾਉਣ ਦੇ ਲਈ ਸਿਰਫ ਔਰ ਸਿਰਫ ਐਫ ਆਈ ਆਰ ਦਰਜ ਕਰ ਲਈ ਜਾਊਗੀ ਤਾਂ ਉਧਰ ਵਿਕਰਮ ਸਿੰਘ ਮਨੀਤਿਆ ਰਾਹਤ ਮਿਲ ਜੂਗੀ ਕਿਵੇਂ ਦੇਖਦੇ ਹੋ ਲੋਕ ਸਾਹਿਬ ਜੀ ਦੇਖੋ ਗ੍ਰਿਫਤਾਰੀ ਵੀ ਉਹ ਕਰ ਸਕਦੇ ਨੇ ਔਰ ਕੁਝ ਜਿਵੇਂ ਆਪਾਂ ਕਹਿੰਦੇ ਕਿ ਖਾਣਾ ਪੂਰਤੀ ਦੇ ਤੌਰ ਤੇ ਕਿ ਦੇਖੋ ਜੀ ਅਸੀਂ ਤਾਂ ਗ੍ਰਿਫਤਾਰੀ ਕੀਤੀ ਔਰ ਉਹਨਾਂ ਨੇ ਕੀ ਆ ਕਿ ਗ੍ਰਿਫਤਾਰੀ ਹੋਈ ਸੀਗੀ ਸੁਮੇਰ ਸਿੰਘ ਸੈਣੀ ਦੀ ਗ੍ਰਿਫਤਾਰੀ ਹੋਈ ਤਾਂ ਉਹ ਚਲੇ ਗਏ ਭਾਈ ਉਹਨਾਂ ਨੂੰ ਲੰਬੀਆਂ ਫੀਲਾ ਮਿਲ ਗਈ ਉਹਨਾਂ ਨੂੰ ਸਗੋਂ ਬਲੈਂਕਟ ਮੇ ਬੇ ਬੇਲ ਮਿਲ ਗਈ ਸੀਗੀ ਆਪਾਂ ਸਾਰੇ ਜਾਣਦੇ ਆ ਸੁਮੇਤ ਸੈਣੀ ਸਾਹਿਬ ਨੂੰ ਸੋ ਇਸੇ ਤਰ੍ਹਾਂ ਇਦਾਂ ਦੀ ਜਿਹੜੀ ਹੈਗੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਪਰ ਫਿਰ ਉਹਨਾਂ ਨੂੰ ਜ਼ਮਾਨਤ ਮਿਲ ਜਾਣੀ ਹੈ ਸੋ ਕਹਿੰਦਾ ਮਤਲਬ ਹੈ ਕਿ ਲੋਕਾਂ ਨੂੰ ਜ਼ਰੂਰ ਬੁੱਧੂ ਬਣਾਇਆ ਜਾਏਗਾ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਦੋਨੋਂ ਤਰ੍ਹਾਂ ਕਿ ਅਸੀਂ ਤਾਂ ਇੱਕ ਤਰ੍ਹਾਂ ਕਹਿੰਦੀ ਆ ਕਿ ਦੇਖੋ ਜੀ ਅਸੀਂ ਤਾਂ ਗ੍ਰਿਫਤਾਰ ਹੋਣ ਨੂੰ ਤਿਆਰ ਆ ਸਾਨੂੰ ਗ੍ਰਿਫਤਾਰ ਫਿਰ ਵੀ ਨਹੀਂ ਕਰ ਰਹੇ ਦੂਜੀ ਤਰ੍ਹਾਂ ਕਹਿੰਦੀ ਆ ਕਿ ਦੇਖੋ ਜੀ ਅਸੀਂ ਐਫ ਆਈ ਆਰ ਕੀਤੀ ਹੈ ਔਰ ਗ੍ਰਿਫਤਾਰ ਕਰਾਤਾ ਦੇਖੋ ਇਹ ਅਸੀਂ ਕਿੱਡਾ ਵੱਡਾ ਮਾਰਕਾ ਜਿਹੜਾ ਹੈਗਾ ਮਾਰ ਲਿਆ ਸੋ ਕਹਿਣ ਦਾ ਮਤਲਬ ਹੈ ਕਿ ਲੋਕਾਂ ਨੂੰ ਲੋਕਾਂ ਦੇ ਅੱਖਾਂ ਦੇ ਵਿੱਚ ਕੱਟਾ ਪਾਉਣ ਦੀਆਂ ਕੋਸ਼ਾਂ ਦੋਵੇਂ ਤਰ੍ਹਾਂ ਵੱਲੋਂ ਹੋ ਰਹੀਆਂ ਨੇ ਔਰ ਇਹਦੇ ਵਿੱਚ ਸਵਾਲ ਇਹੀ ਹੈ ਕਿ ਇਸ ਵੇਲੇ ਜਿਹੜੇ ਪੰਜਾਬ ਦੇ ਬੁਨਿਆਦੀ ਮਸਲੇ ਨੇ ਉਹ ਕਿਤੇ ਨਾ ਕਿਤੇ ਪਿੱਛੇ ਜਾਂਦੇ ਨਜ਼ਰ ਆ ਰਹੇ ਨੇ ਚਾਹੇ ਚੰਨੀ ਸਾਹਿਬ ਦੇ ਵਕ ਵਕ ਐਲਾਨ ਤੁਸੀਂ ਦੇਖ ਲਓ ਸਿਰਫ ਐਲਾਨਾਂ ਦੇ ਉੱਤੇ ਗੱਲਾਂ ਖੜੀਆਂ ਨੇ ਔਰ ਐਲਾਨ ਤੇ ਐਲਾਨ ਹਰ ਰੋਜ਼ ਨਵੇਂ ਐਲਾਨ ਹੋ ਰਹੇ ਨੇ ਪਰ ਪ੍ਰੈਕਟੀਕਲ ਜਿਹੜਾ ਹੈਗਾ ਕੰਮ ਜਾਂ ਪ੍ਰੈਕਟੀਕਲ ਨੀਤੀਆਂ ਜਿਹੜੀਆਂ ਨੇ ਥੋਸ ਕਦਮ ਜਿਹੜੇ ਚੁੱਕਣੇ ਚਾਹੀਦੇ ਨੇ ਜਿਸ ਕਿਸਮ ਦੀ ਗੱਲ ਨਵਜੋਤ ਸਿੰਘ ਸਿੱਧੂ ਬਾਰ-ਬਾਰ ਪੰਜਾਬ ਮਾਡਲ ਦੀ ਗੱਲ ਕਰ ਰਹੇ ਨੇ ਕਿ ਪੰਜਾਬ ਮਾਡਲ ਦੇ ਅਨੁਸਾਰ ਪਲੈਨਿੰਗ ਦੇ ਨਾਲ ਜਿਹੜਾ ਹੈਗਾ ਪੰਜਾਬ ਨੂੰ ਡਿਵੈਲਪ ਕੀਤਾ ਜਾਏ ਉਹਦੀ ਗੱਲ ਕਿਤੇ ਨਾ ਕਿਤੇ ਨਹੀਂ ਹੋ ਰਹੀ ਸੋ ਇਹ ਕਹਿਣ ਦਾ ਮਤਲਬ ਹੈ ਕਿ ਹੁਣ ਇਦਾਂ ਦੀ ਜਿਹੜੀ ਪੋਲਿਟਿਕਸ ਹੈ ਕਿ ਨਿੱਜੀ ਜਿਹੜੀਆਂ ਰੰਜਿਸ਼ਾਂ ਨੇ ਉਹ ਕੱਢਣ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹਦੇ ਨਾਲ ਪੰਜਾਬ ਦੇ ਲੋਕਾਂ ਦਾ ਪੰਜਾਬ ਦੀ ਐਜੂਕੇਸ਼ਨ ਦਾ ਪੰਜਾਬ ਦੀ ਹੈਲਥ ਦਾ ਕਿਸਾਨਾਂ ਦਾ ਨੌਜਵਾਨਾਂ ਦਾ ਸਾਡੇ ਵਾਤਾਵਰਨ ਦਾ ਕੋਈ ਭਲਾ ਹੋਣ ਵਾਲਾ ਨਜ਼ਰ ਨਹੀਂ ਆ ਰਿਹਾ ਔਰ ਲੋਕਾਂ ਨੂੰ ਚਾਹੇ ਆਪਾਂ ਬਿਆਦਬੇਿਆਂ ਦੀ ਗੱਲ ਦੇਖ ਲਈਏ ਚਾਹੇ ਇਦਾਂ ਦੀਆਂ ਜਿਹੜੀਆਂ ਨੇ ਐਫ ਆਈ ਆਰ ਦੀ ਗੱਲ ਦੇਖ ਲਈਏ ਲੋਕਾਂ ਦੇ ਜਿਹੜੇ ਬੁਨਿਆਦੀ ਮਸਲੇ ਹੁਣੇ ਚਾਹੀਦੇ ਨੇ ਇਸ ਵੇਲੇ ਕਿਉਂਕਿ ਚੋਣਾਂ ਦਾ ਦੌਰ ਹੈ ਉਹਨਾਂ ਮਸਲਿਆਂ ਤੋਂ ਜ਼ਰੂਰ ਪਟਕਾਉਣ ਦੀ ਕੋਸ਼ਿਸ਼ ਇਹ ਵਕ ਵਕ ਰਾਜਨੀਤਿਕ ਪਾਰਟੀਆਂ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਇਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਡਾਕਟਰ ਸਾਹਿਬ ਦੂਜੇ ਪਾਸੇ ਅਕਾਲੀ ਦਲ ਲਗਾਤਾਰ ਰੌਲਾ ਪਾ ਰਿਹਾ ਹੈ ਕਹਿੰਦੇ ਕਿ ਅੱਜ ਵੀ ਆਪਾਂ ਦੇਖ ਰਹੇ ਹਾਂ ਵੱਖ-ਵੱਖ ਆਗੂਆਂ ਦੇ ਬਿਆਨ ਆ ਰਹੇ ਨੇ ਕਿ ਭਾਈ ਜਾਣਬੁੱਝ ਕੇ ਕਾਰਵਾਈ ਕੀਤੀ ਗਈ ਹੈ ਸਿਆਸਤ ਤੋਂ ਪ੍ਰੇਰਿਤ ਇਹ ਕਾਰਵਾਈ ਹੈ ਤਾਂ ਤੁਸੀਂ ਦੇਖਣਾ ਬਿਕਰਮ ਸਿੰਘ ਮਜੀਠੀਆ ਤੱਕੜੇ ਹੋ ਕੇ ਨਿਕਲਣਗੇ ਡਾਕਟਰ ਸਾਹਿਬ ਕਿਵੇਂ ਲੱਗਦਾ ਇਹ ਅਕਾਲੀ ਦਲ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਔਰ ਦੂਜੇ ਪਾਸੇ ਕਈ ਵਾਰੀ ਇਦਾਂ ਹੁੰਦਾ ਹੈ ਕਿ ਜਦੋਂ ਕਿਸੇ ਵਿਅਕਤੀ ਦੇ ਉੱਪਰ ਐਫ ਆਈ ਆਰ ਦਰਜ ਕਰ ਦਿੱਤੀ ਜਾਂਦੀ ਹੈ ਤਾਂ ਉਹਨੂੰ ਫਸਾਉਣ ਦੀ ਬਜਾਏ ਉਹਨੂੰ ਨੀਵਾ ਦਿ ਕਈ ਵਾਰੀ ਤਾਂ ਹੁੰਦਾ ਕਿ ਲੋਕਾਂ ਦੀ सिंपथी ਉਹਦੇ ਨਾਲ ਜ਼ਿਆਦਾ ਜੁੜ ਜਾਂਦੀ ਹੈ ਤੇ ਉਹ ਉਦੋਂ ਵੀ ਤਕੜਾ ਹੋ ਕੇ ਨਿਕਲਦਾ ਡਾਕਟਰ ਸਾਹਿਬ ਕਿਤੇ ਕਾਂਗਰਸ ਦੀ ਇਹ ਕਾਰਵਾਈ ਕਾਂਗਰਸ ਨੂੰ ਤਾਂ ਨਹੀਂ ਲੈਡੂ ਬੀ ਜੀ ਜਦੋਂ ਅਸੀਂ ਇਦਾਂ ਦੀਆਂ ਕਾਰਵਾਈਆਂ ਦੇ ਉੱਤੇ ਨਜ਼ਰ ਮਾਰਦੇ ਆ ਖਾਸ ਤੌਰ ਤੇ ਤੁਸੀਂ 2002 ਵਾਲਾ ਪੀਰੀਅਡ ਔਰ 2007 ਵਾਲਾ ਜਿਹੜਾ ਪੀਰੀਅਡ ਕੈਪਟਨ ਸਾਹਿਬ ਦਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਜਿਹੜੇ ਬਦਲ ਸਾਹਿਬ ਨੇ ਜਾਂ ਉਹਨਾਂ ਦੇ ਪੁੱਤਰ ਨੇ ਉਹਨਾਂ ਨੂੰ ਜਦੋਂ ਅੰਦਰ ਦਿੱਤਾ ਸੀਗਾ ਤਾਂ ਇਹੀ ਘਟਨਾ ਇਦਾਂ ਦੀਆਂ ਘਟਨਾਵਾਂ ਦੇ ਨਾਲ ਉਹ ਜ਼ਿਆਦਾ ਤਾਕਤਵਰ ਹੋ ਕੇ ਜਿਹੜਾ ਸੀ ਨਿਕਲੇ ਸੀ ਜਿਵੇਂ ਤੁਸੀਂ ਕਹਿ ਰਹੇ ਹੋ ਉਹਨਾਂ ਨੂੰ ਲੋਕਾਂ ਦੀ ਸਿੰਪਥੀ ਮਿਲੀ ਸੀਗੀ ਸੋ ਇਸ ਕਰਕੇ ਇੱਕ ਇੱਕ ਨਾ ਇੱਕ ਜਿਹੜਾ ਹੈਗਾ ਖਤਰਾ ਜ਼ਰੂਰ ਚੰਨੀ ਸਰਕਾਰ ਨੂੰ ਹੋ ਸਕਦਾ ਹੈ ਕਾਂਗਰਸ ਨੂੰ ਹੋ ਸਕਦਾ ਹੈ ਇੱਕ ਵੱਡਾ ਝਟਕਾ ਲੱਗ ਸਕਦਾ ਹੈ ਜੇਕਰ ਲੋਕਾਂ ਦੀ ਸਿੰਪਥੀ ਜਿਹੜੀ ਹੈਗੀ ਹੈ ਉਹਨਾਂ ਦੇ ਨਾਲ ਜਾਂਦੀ ਹੈ ਖਾਸ ਤੌਰ ਤੇ ਜੇਕਰ ਇਹੀ ਆਪਾਂ ਗੱਲ ਕਰ ਰਹੇ ਹਾਂ ਨਾ ਕਿ ਜੇਕਰ ਇਹੀ ਗੱਲਾਂ ਇਹੀ ਘਟਨਾਵਾਂ ਅੱਜ ਤੋਂ 4 ਸਾਲ ਪਹਿਲਾਂ ਵਾਪਰਦੀਆਂ ਸਾਢੇ 4 ਸਾਲ ਪਹਿਲਾਂ ਵਾਪਰਦੀਆਂ ਤਾਂ ਉਹਦੇ ਨਾਲ ਲੋਕਾਂ ਨੂੰ ਪਤਾ ਲੱਗਣਾ ਸੀ ਕਿ ਸੱਚੀ ਮੁੱਚੀ ਕੋਈ ਕਾਰਵਾਈ ਹੋਈ ਹੈ ਪਰ ਹੁਣ ਕੀ ਹੈ ਕਿ ਦੋਨੋਂ ਪਾਰਟੀਆਂ ਇੱਕ ਦੂਜੇ ਦੇ ਉੱਤੇ ਜਿਹੜੀ ਹੈਗੀ ਆ ਬਲੇਮ ਗੇਮ ਜਿਹੜੀ ਹੈਗੀ ਆ ਖੇਡ ਰਹੇ ਨੇ ਆ ਖੇਡ ਰਹੀਆਂ ਨੇ ਸੋ ਕਹਿਣ ਦਾ ਮਤਲਬ ਹੈ ਕਿ ਜੇਕਰ ਇਹ ਇਹ ਉਹਨਾਂ ਦੀ ਆਪਸੀ ਰਾਜਨੀਤੀ ਹੈ ਆਪਸੀ ਰੰਜਿਸ਼ਾਂ ਦੀ ਰਾਜਨੀਤੀ ਹੈ ਤਾਂ ਇਹਦੇ ਵਿੱਚੋਂ ਆਮ ਲੋਕਾਂ ਦਾ ਜਿਹੜਾ ਹੈਗਾ ਕੋਈ ਫਾਇਦਾ ਨਜ਼ਰ ਨਹੀਂ ਆ ਰਿਹਾ ਹਾਂ ਇੱਕ ਦੂਜੇ ਦੇ ਉੱਤੇ ਇਦਾਂ ਦੇ ਬਲੇਮ ਲਗਾ ਕੇ ਔਰ ਇੱਕ ਦੂਜੇ ਨੂੰ ਤਾਕਤਵਰ ਜ਼ਰੂਰ ਉਹ ਕਰਦੇ ਨਜ਼ਰ ਆਉਣਗੇ ਕਾਂਗਰਸ ਮਜੀਠੀਆ ਨੂੰ ਜਾਂ ਅਕਾਲੀ ਦਲ ਨੂੰ ਤਾਕਤਵਰ ਕਰੇਗੀ ਇਹਦੇ ਨਾਲ ਔਰ ਅਕਾਲੀ ਦਲ ਕੋਸ਼ਿਸ਼ ਕਰੇਗਾ ਕਿ ਕਾਂਗਰਸ ਕਿਤਨਾ ਕਿਤੇ ਕਾਂਗਰਸ ਨੂੰ ਵੀ ਫਾਇਦਾ ਹੋ ਸਕਦਾ ਹੈ ਸੋ ਕਹਿਣ ਦਾ ਮਤਲਬ ਹੈ ਕਿ ਆਪਸੀ ਜਿਹੜੀ ਹੈਗੀ ਆ ਆਪਾਂ ਕਹਿ ਸਕਦੇ ਆ ਕਿ ਜਿਹੜੀ ਹੈਗੀ ਹੈ ਫਰੈਂਡਲੀ ਮੈਚ ਜਿਹਨੂੰ ਆਪਾਂ ਕਹਿ ਸਕਦੇ ਆ ਇਦਾਂ ਦੇ ਚੱਲਦੇ ਨਜ਼ਰ ਆ ਰਹੇ ਨੇ ਸਿਆਸਤ ਦੇ ਵਿੱਚ ਸੋ ਲੋਕਾਂ ਦਾ ਇਹਦੇ ਵਿੱਚ ਕੋਈ ਕਿਸੇ ਕਿਸਮ ਦਾ ਫਾਇਦਾ ਨੁਕਸਾਨ ਹੋਣ ਦੀ ਸੰਭਾਵਨਾ ਵਾ ਨਜ਼ਰ ਨਹੀਂ ਆ ਰਹੀਆਂ ਸੁਖਿੰਦਰ ਜੀ ਨਜ਼ਰ ਨਹੀਂ ਬਿਲਕੁਲ ਰੋਕ ਸਾਬਤਾ ਦੂਜੇ ਪਾਸੇ ਆਪਾਂ ਅਗਲੀ ਖਬਰ ਵਾਲੇ ਪਾਸੇ ਵੱਧਦੇ ਹਾਂ ਅਗਲੀ ਖਬਰ ਬੜੀ ਅਹਿਮ ਖਬਰ ਹੈ ਸਾਡੇ ਪ੍ਰੋਸੈਕ ਯੋਗ ਸੂਤਰਾਂ ਦੇ ਵੱਲੋਂ ਮਿਲੀ ਅਹਿਮ ਜਾਣਕਾਰੀ ਹੈ ਕਿ ਪਹਿਲੀ ਲਿਸਟ ਜਿਹੜੀ ਆ ਫਾਈਨਲਾਈਜ਼ ਹੋ ਚੁੱਕੀ ਹੈ ਕਾਂਗਰਸ ਦੀ ਉਮੀਦਵਾਰਾਂ ਤੇ ਉਹ ਉਮੀਦਵਾਰਾਂ ਦੀ ਲਿਸਟ ਜਿਹੜੀ ਆ ਉਹ ਇਸੇ ਹਫਤੇ ਦੇ ਵਿੱਚ ਜਨ ਤੱਕ ਕਰ ਦਿੱਤੀ ਜਾਊਗੀ ਤੇ ਕਿਹਾ ਇਹ ਵੀ ਜਾ ਰਿਹਾ ਹੈ ਕਿ ਉਹਦੇ ਵਿੱਚ ਜਿਹੜੇ ਪੁਰਾਣੇ ਨਾਮ ਨੇ ਉਹ ਬੜੇ ਘੱਟ ਪਹਿਲੀ ਲਿਸਟ ਦੇ ਵਿੱਚ ਵੀ ਤੇ ਨਵੇਂ ਚਿਹਰਿਆਂ ਨੂੰ ਪਹਿਲੀ ਲਿਸਟ ਦੇ ਵਿੱਚ ਮੌਕਾ ਕਾਫੀ ਜਿਆਦਾ ਚਿਹਰੇ ਉਹਦੇ ਵਿੱਚ ਸ਼ਾਮਲ ਨੇ ਡਾਕਟਰ ਕਿਵੇਂ ਦੇਖਦੇ ਹੋ ਜੇਕਰ ਪੁਰਾਣੇ ਚਿਹਰਿਆਂ ਨੂੰ ਮੌਕਾ ਨਹੀਂ ਮਿਲਦਾ ਕਾਂਗਰਸ ਨੂੰ ਤੇ ਨਵੇਂ ਚਿਹਰੇ ਜਿਆਦਾ ਅੱਗੇ ਲਿਆਂਦੇ ਜਾ ਰਿਹਾ ਸਾਫ ਸੁਥਰੇ ਚਿਹਰੇ ਜਿਆਦਾ ਅੱਗੇ ਲਿਆਂਦੇ ਜਾ ਰਿਹਾ ਤਾਂ ਕੀ ਕਾਂਗਰਸ ਨੂੰ ਜਿਹੜੇ ਪਹਿਲਾਂ ਵਾਲੇ ਚਿਹਰੇ ਨੇ ਸਿਆਸੀ ਜੇਕਰ ਉਹਨਾਂ ਨੂੰ ਪਾਸੇ ਕੀ ਕਰ ਦਿੱਤਾ ਜਾਂਦਾ ਨਵੇਂ ਚਿਹਰੇ ਅਗੇ ਲਿਆਂਦੇ ਜਾਂਦੇ ਆ ਉਹਦਾ ਫਾਇਦਾ ਹੋਊਗਾ ਜਾਂ ਨੁਕਸਾਨ ਹੋਊਗਾ ਜਿਵੇਂ ਪਹਿਲੀ ਲਿਸਟ ਦੇ ਵਿੱਚ ਇਹ ਸਭ ਕੁਝ ਦੇਖ ਨੂੰ ਮਿਲ ਰਿਹਾ ਜੀ ਸੁਖਿੰਦਰ ਜੀ ਜਿੱਥੋਂ ਤੱਕ ਕਾਂਗਰਸ ਦੀ ਲਿਸਟ ਦਾ ਸਵਾਲ ਹੈ ਪਹਿਲੀ ਲਿਸਟ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਤੁਹਾਡਾ ਦੇਖ ਸਕਦੇ ਆ ਕਿ ਇਸ ਵੇਲੇ ਕਾਂਗਰਸ ਬਾਕੀ ਪਾਰਟੀਆਂ ਨਾਲੋਂ ਚਾਹੇ ਉਹ ਅਕਾਲੀ ਦਲ ਹੋਵੇ ਲਗਭਗ 90 ਤੋਂ ਵੱਧ ਉਹਨਾਂ ਨੇ ਉਮੀਦਵਾਰ ਜਿਹੜੇ ਹੈਗੇ ਆ ਐਲਾਨ ਚੁੱਕੇ ਨੇ ਇਸੇ ਤਰ੍ਹਾਂ ਆਧਵੀ ਪਾਰਟੀ 40 ਲਗਭਗ ਉਮੀਦਵਾਰ ਆਪਣੇ ਐਲਾਨ ਚੁੱਕੀ ਹੈ ਸੋ ਇਸੇ ਤਰ੍ਹਾਂ ਬਾਕੀ ਪਾਰਟੀਆਂ ਬੀਐਸਪੀ ਦੇਖ ਲਓ ਜਾਂ ਇੱਥੋਂ ਤੱਕ ਕਿ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਔਰ ਕੈਪਟਨ ਸਾਹਿਬ ਦਾ ਜੋ ਮੇਲ ਹੋਇਆ ਉਹਦੇ ਵਿੱਚ ਵੀ ਕਾਫੀ ਜੜੀਆਂ ਲਿਸਟਾਂ ਨੇ ਉਹ ਲਗਭਗ ਫਾਈਨਲ ਹੋ ਚੁੱਕੀਆਂ ਨੇ ਸੋ ਉਹਨਾਂ ਦਾ ਜਿਹੜਾ ਆਪਸੀ ਜਿਹੜਾ ਗੱਠ ਜੋੜ ਹੈ ਉਹ ਕਾਫੀ ਹੱਦ ਤੱਕ ਵੱਧ ਚੁੱਕਿਆ ਹੈ ਅੱਗੇ ਵਧਿਆ ਹੋਇਆ ਹੈ ਔਰ ਆਪਾਂ ਕਹਿ ਸਕਦੇ ਆ ਕਿ ਇਸ ਵੇਲੇ ਕਾਂਗਰਸ ਜਿਹੜੀ ਕਿ ਸੱਤਾ ਤੇ ਰਹਿ ਉਹ ਪਛੜਦੀ ਹੋਈ ਨਜ਼ਰ ਆ ਰਹੀ ਸੀਗੀ ਸੋ ਇਸ ਗੱਲ ਨੂੰ ਲੈ ਕੇ ਆਪਾਂ ਕਹਿ ਸਕਦੇ ਆ ਕਿ ਅਗਲੇ ਜੇ ਇੱਕ ਹਫ਼ਤੇ ਦੇ ਵਿੱਚ ਵਿੱਚ ਇਹ ਲਿਸਟ ਜਾਰੀ ਹੁੰਦੀ ਹੈ ਔਰ ਇਸ ਲਿਸਟ ਦੇ ਵਿੱਚ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਆਪਾਂ ਪਹਿਲਾਂ ਵੀ ਆਪਣੇ ਦਰਸ਼ਕਾਂ ਨੂੰ ਦੱਸਿਆ ਹੈ ਕਿ ਇਸ ਵਾਰੀ ਜੋ ਨਵਜੋਤ ਸਿੰਘ ਸਿੱਧੂ ਦੀ ਸੋਚ ਹੈ ਉਹ ਹੀ ਆ ਕਿ ਜਿਹੜੀ ਵਿਨੇਬਿਲਟੀ ਹੈ ਖਾਸ ਤੌਰ ਤੇ ਜਿਹੜੇ ਲੋਕ ਬਿਲਕੁਲ ਸਾਫ ਸੁਥਰੇ ਚਿਹਰੇ ਵਾਲੇ ਨੇ ਜਾਂ ਜਿਹੜੇ ਨੇ ਸਾਫ ਸੁਥਰੀ ਛਵੀ ਆ ਜਿੰਨਾਂ ਦੀ ਜਾਂ ਨਵੇਂ ਲੋਕ ਨੇ ਨੌਜਵਾਨ ਚਿਹਰੇ ਨੇ ਉਹਨਾਂ ਨੂੰ ਉਹ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਵਿਨੇਬਿਲਟੀ ਦੀ ਉਹ ਗੱਲ ਬਾਰ ਬਾਰ ਕਰਦੇ ਨੇ ਸੋ ਇਸ ਕਰਕੇ ਸੰਭਾਵਨਾਵਾਂ ਨੇ ਕਿ ਇਸ ਪਹਿਲੀ ਲਿਸਟ ਦੇ ਵਿੱਚ ਹੀ ਬਹੁਤ ਸਾਰੇ ਐਸੇ ਚਿਹਰੇ ਨਜ਼ਰ ਆਉਣਗੇ ਕਾਂਗਰਸ ਦੇ ਵਿੱਚ ਜਿਹੜੇ ਬਿਲਕੁਲ ਨਵੇਂ ਹੋਣਗੇ ਬਿਲਕੁਲ ਨੌਜਵਾਨ ਚਿਹਰੇ ਹੋਣਗੇ ਔਰ ਤੁਸੀਂ ਦੇਖੋਗੇ ਕਿ ਬਿਲਕੁਲ ਸਾਫ ਸੁਥਰੀ ਛਵੀ ਵਾਲੇ ਹੋ ਸਕਦੇ ਆ ਸੋ ਸੰਭਾਵਨਾਵਾਂ ਨੇ ਪਰ ਜਿਵੇਂ ਤੁਸੀਂ ਜਿਹੜਾ ਸਵਾਲ ਪੁੱਛਿਆ ਹੈ ਕਿ ਜਿਹੜੇ ਲੋਕਾਂ ਨੂੰ ਜਿਹੜੇ ਉਮੀਦਵਾਰਾਂ ਨੂੰ ਜਿਹੜੇ ਪੁਰਾਣੇ ਖੁੰਡ ਨੇ ਉਹਨਾਂ ਨੂੰ ਜੇਕਰ ਆਪਣੀ ਉਮੀਦਵਾਰੀ ਨਹੀਂ ਮਿਲਦੀ ਚੋਣ ਟਿਕਟ ਨਹੀਂ ਮਿਲਦੀ ਚੋਣਾਂ ਦੇ ਵਿੱਚ ਵਾਈ ਦੇ ਵਿੱਚ ਤਾਂ ਲਾਜ਼ਮੀ ਤੌਰ ਤੇ ਉਹਨਾਂ ਦੀ ਨਿਰਾਸ਼ਾ ਵੀ ਸਾਹਮਣੇ ਆ ਸਕਦੀ ਹੈ ਔਰ ਆਏਗੀ ਜ਼ਰੂਰ ਆਏਗੀ ਜਿਵੇਂ ਤੁਸੀਂ ਰਾਣਾ ਗੁਰਜੀਤ ਦੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਗੱਲ ਕੀਤੀ ਸੀਗੀ ਤੇ ਉਹਨਾਂ ਦੀ ਨਿਰਾਸ਼ਾ ਜਿਹੜੀ ਹੈ ਸਾਫ਼ ਝਲਕਦੀ ਨਜ਼ਰ ਆਈ ਸੀ ਔਰ ਉਹਨਾਂ ਨੇ ਨਵਜੋ ਸਿੰਘ ਸਿੱਧੂ ਦੇ ਉੱਤੇ ਆਪਣਾ ਨਿਸ਼ਾਨਾ ਸਿੱਧੇ ਸੀਗੇ ਸੋ ਉਸ ਨੂੰ ਲੈ ਕੇ ਵੀ ਕਾਂਗਰਸ ਦੇ ਵਿੱਚ ਕਾਫੀ ਜਿਹੜਾ ਹੈਗਾ ਬਿਵਾਲ ਬਚਿਆ ਸੀਗਾ ਸੋ ਇਸੇ ਤਰ੍ਹਾਂ ਦੀਆਂ ਸੰਭਾਵਨਾਵਾਂ ਜੇਕਰ ਅਗਲੇ ਹਫਤੇ ਜਾਂ ਹਫਤੇ ਦੇ ਵਿੱਚ ਇਹ ਜਿਹੜੀ ਲਿਸਟ ਹੈ ਜਾਰੀ ਹੁੰਦੀ ਹੈ ਤਾਂ ਬਹੁਤ ਸੰਭਾਵਨਾਵਾਂ ਨੇ ਕਿ ਵੱਡਾ ਬਿਵਾਲ ਜਿਹੜਾ ਹੈਗਾ ਕਾਂਗਰਸ ਦੇ ਵਿੱਚ ਖੜਾ ਹੋ ਗਿਆ ਖਾਸ ਤੌਰ ਤੇ ਜਿਹੜੇ ਪੁਰਾਣੇ ਲੀਡਰ ਨੇ ਕਾਂਗਰਸ ਦੇ ਖਾਸ ਤੌਰ ਤੇ ਜਿਹੜੇ ਆਪਣੇ ਆਪ ਨੂੰ ਟਕਸਾਲੀ ਲੀਡਰ ਕਹਿੰਦੇ ਆ ਔਰ ਇਹ ਕਹਿੰਦੇ ਆ ਕਿ ਅਸੀਂ ਤਾਂ ਇਹ ਜਿਹੜੀ ਪਾਰਟੀ ਹੈ ਖੜੀ ਕੀਤੀ ਹੈ ਇਸ ਕਰਕੇ ਅਸੀਂ ਤਾਂ ਦਾਵੇਦਾਰ ਹਾਂ ਟਿਕਟ ਦੇ ਸੋ ਜੇਕਰ ਉਹਨਾਂ ਦੀ ਦਾਵੇਦਾਰੀ ਪੂਰੀ ਨਹੀਂ ਹੁੰਦੀ ਉਹਨਾਂ ਦੀ ਜਿਹੜੀ ਇੱਛਾ ਪੂਰਤੀ ਨਹੀਂ ਹੁੰਦੀ ਤਾਂ ਲਾਜ਼ਮੀ ਤੌਰ ਤੇ ਉਹਨਾਂ ਨੇ ਰੌਲਾ ਪਾਉਣਾ ਹੀ ਪਾਉਣਾ ਹੈ ਔਰ ਇਹ ਵੀ ਸੰਭਾਵਨਾਵਾਂ ਨੇ ਕਿ ਵਕ ਵਕ ਪਾਰਟੀਆਂ ਦੇ ਵਿੱਚ ਉਹ ਚਲੇ ਜਾਣ ਖਾਸ ਤੌਰ ਤੇ ਕੈਪਟਨ ਸਾਹਿਬ ਦੀ ਪਾਰਟੀ ਦੇ ਵਿੱਚ ਜਾ ਸਕਦੇ ਨੇ ਜਾਂ ਅਕਾਲੀ ਦਲ ਦੇ ਵਿੱਚ ਭਰਤੀ ਹੋ ਸਕਦੇ ਆ ਆਮ ਆਦੀ ਪਾਰਟੀ ਜਾ ਸਕਦੇ ਆ ਜਾਂ ਕਿਸੇ ਹੋਰ ਜਿੱਥੇ ਵੀ ਉਹਨਾਂ ਦਾ ਦਾਅ ਲੱਗੇਗਾ ਜਿੱਥੇ ਉਹਨਾਂ ਨੂੰ ਟਿਕਟ ਮਿਲਦੀ ਦਿਖਾਈ ਦੇਗੀ ਉਹਨਾਂ ਪਾਰਟੀਆਂ ਦੇ ਵਿੱਚ ਉਹ ਜਾ ਸਕਦੇ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਹੰਗਾਮੇ ਭਰਪੂਰ ਜਿਹੜਾ ਹੈਗਾ ਸਮਾਂ ਹੋਏਗਾ ਪਰ ਮੈਂ ਇਹੀ ਗੱਲ ਕਰ ਰਿਹਾ ਜਦੋਂ ਪਹਿਲੀ ਲਿਸਟ ਆਊਗੀ ਜਿਹੜੇ ਮੰਤਰੀ ਭੱਜਨ ਨੂੰ ਫਿਰਦੇ ਆ ਜਾਂ ਫਿਰ ਐਮਐਲਏ ਭੱਜਨ ਨੂੰ ਫਿਰਦੇ ਆ ਉਹਨਾਂ ਨੂੰ ਰੋਕਣ ਦੇ ਲਈ ਜਿਵੇਂ ਆਪ ਨੇ ਆਪ ਦੇ ਜਿਹੜੇ ਐਮਐਲਏ ਨੂੰ ਰੋਕਣ ਦੇ ਲਈ ਟਿਕਟਾਂ ਪਹਿਲਾਂ ਅਨਾਉਂਸ ਕਰਤੀਆਂ ਭਾਈ ਕਿਤੇ ਭੱਜਣਾ ਚਾਹਣ ਕਿਤੇ ਜਿਹੜੇ ਐਮਐਲਏ ਤੇ ਮੰਤਰੀ ਭੱਜਨ ਨੂੰ ਫਿਰਦੇ ਆ ਉਹਨਾਂ ਦਾ ਇਸ ਲਿਸਟ ਦੇ ਵਿੱਚ ਨਾਮ ਆ ਤਾਂ ਨਹੀਂ ਜਾਊਗਾ ਤਾ ਜਾਂ ਫਿਰ ਕਿਤੇ ਇਹ ਵੀ ਸੋਚਦੇ ਹੋਣਗੇ ਕਿ ਭਾਈ ਜਿਹੜੇ ਜਾਂਦੇ ਆ ਜਾਣ ਦਿਓ ਇਹ ਨਾ ਹੋਵੇ ਕਿ ਜਿੱਤਣ ਤੋਂ ਬਾਅਦ ਬੀਜੇਪੀ ਵਾਲੇ ਪਾਸੇ ਨੂੰ ਭੱਜਣ ਫੇਰ ਜਿਆਦਾ ਔਕਾ ਹੋ ਜੂ ਪਹਿਲਾਂ ਜਿਹੜਾ ਇੱਕ ਵਾਰੀ ਜਾਂਦਾ ਜਾਣ ਦਿਓ ਪਹਿਲਾਂ ਜਿਹੜੇ ਟਿਕੇ ਹੋਏ ਉਹਨਾਂ ਨੂੰ ਟਿਕਟਾਂ ਦੇ ਦਈਏ ਨਵੇਂ ਲੋਕਾਂ ਨੂੰ ਵੀ ਟਿਕਟਾਂ ਦੇ ਦਈਏ ਐਦਾਂ ਹੋ ਸਕਦਾ ਡਾਕਟਰ ਸਾਹਿਬ ਜੀ ਜੀ ਬਿਲਕੁਲ ਇਹਦੇ ਵਿੱਚ ਇਹੀ ਹੋਏਗਾ ਕਿ ਕਾਂਗਰਸ ਨੇ ਤਾਂ ਇਹ ਦੇਖਣਾ ਹੈ ਕਿ ਜਿਹੜੇ ਵੀ ਜਿਵੇਂ ਉਹ ਬਾਰ-ਬਾਰ ਗੱਲ ਕਰ ਰਹੇ ਚਾਹੇ ਹਾਈ ਕਮਾਂਡ ਦੀ ਗੱਲ ਹੋਵੇ ਕਾਂਗਰਸ ਦੀ ਚਾਹੇ ਇਹਨਾਂ ਦੇ ਪ੍ਰਧਾਨ ਦੀ ਗੱਲ ਹੋਵੇ ਨਵਜੋਤ ਸਿੰਘ ਸਿੱਧੂ ਦੀ ਉਹ ਇਹੀ ਕਹਿੰਦੇ ਨਜ਼ਰ ਆਏ ਨੇ ਕਿ ਅਸੀਂ ਸਿਰਫ ਉਹਨਾਂ ਉਮੀਦਵਾਰਾਂ ਨੂੰ ਹੀ ਅੱਗੇ ਲੈ ਕੇ ਆਵਾਂਗੇ ਜਿਹੜੇ ਜਿੱਤ ਸਕਦੇ ਨੇ ਸੋ ਜਿਹੜੇ ਵੀ ਚਾਹੇ ਉਹ ਪੁਰਾਣੇ ਲੀਡਰ ਨੇ ਚਾਹੇ ਨਵੇਂ ਲੀਡਰ ਨੇ ਜਿੰਨਾ ਤੋਂ ਉਹਨਾਂ ਨੂੰ ਸੰਭਾਵਨਾਵਾਂ ਨਹੀਂ ਲੱਗਦੀਆਂ ਕਿ ਇਹ ਨਹੀਂ ਸੀਟ ਕੱਢ ਸਕਣਗੇ ਤਾਂ ਲਾਜ਼ਮੀ ਤੌਰ ਤੇ ਉਹਨਾਂ ਦਾ ਪੱਤਾ ਜਿਹੜਾ ਹੈਗਾ ਕਟਿਆ ਜਾਏਗਾ ਔਰ ਜੇਕਰ ਉਹਨਾਂ ਨੂੰ ਲੱਗੇਗਾ ਕਿ ਅਸੀਂ ਇੱਥੇ ਜਿਹੜਾ ਹੈਗਾ ਅਸੀਂ ਖੁਸ਼ ਨਹੀਂ ਹਾਂ ਆਪਣੀ ਪਾਰਟੀ ਦੇ ਵਿੱਚ ਤਾਂ ਇਹਦੇ ਨਾਲ ਕੀ ਹੋਏਗਾ ਕਿ ਇੱਕ ਨਿਰਾਸ਼ਾ ਜਿਹੜੀ ਹੈਗੀ ਇਹਨਾਂ ਦੇ ਵਿੱਚ ਜ਼ਰੂਰ ਫੈਲਦੀ ਨਜ਼ਰ ਆਏਗੀ ਪਰ ਉਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਨੂੰ ਇਹਨਾਂ ਦੇ ਪ੍ਰੈਸ਼ਰ ਥੱਲੇ ਆ ਕੇ ਦੁਬਾਰਾ ਜਿਹੜੀ ਹੈਗੀ ਟਿਕਟ ਦੇ ਦਿੱਤੀ ਜਾਏਗੀ ਇਦਾਂ ਦੀ ਕੋਈ ਸੰਭਾਵਨਾਵਾ ਕਾਂਗਰਸ ਦੇ ਵਿੱਚ ਘੱਟੋ ਘੱਟ ਉਸ ਕਿਸਮ ਦੀਆਂ ਨਜ਼ਰਨੀਆਂ ਹੁੰਦੀਆਂ ਜਿਵੇਂ ਆਵਾਦੀ ਪਾਰਟੀ ਨੂੰ ਡਰ ਡਰ ਲੱਗਦਾ ਸੀਗਾ ਕਿ ਸ਼ਾਇਦ ਸਾਡੇ ਇਹ ਜਿਹੜੇ 10 ਉਮੀਦਵਾਰ ਨੇ ਜਾਂ ਐਮਐਲਏ ਸਹਿਬਾਨ ਨੇ ਉਹਨਾਂ ਨੂੰ ਜੇਕਰ ਅਸੀਂ ਚੱਕਤਾ ਨਹੀਂ ਦੇਵਾਂਗੇ ਕਾਹੇ ਛੱਡ ਜਾਣਗੇ ਪਰ ਇਹ ਇਹ ਗੱਲ ਜਿਹੜੀ ਹੈਗੀ ਹੈ ਕਿਉਂਕਿ ਇਹਦੇ ਵਿੱਚ ਤਾਦਾਦ ਬਹੁਤ ਹੈ ਗਿਣਤੀ ਬਹੁਤ ਹੈ ਲਗਭਗ 80 ਐਮਐਲਏ ਇਸ ਵੇਲੇ ਮੌਜੂਦ ਨੇ ਕਾਂਗਰਸ ਜਿਹੜੇ ਜਿੱਤੇ ਹੋਏ ਨੇ ਸੋ ਉਹਦੇ ਵਿੱਚੋਂ 5 5-4 ਜਾਂ 10 ਬੰਦੇ ਛੱਡ ਕੇ ਜਾਂਦੇ ਆ ਤਾਂ ਕਾਂਗਰਸ ਨੂੰ ਕਟੋ-ਕਾਟੇ ਦਾ ਕੋਈ ਬਹੁਤਾ ਫਰਕ ਪੈਣ ਵਾਲਾ ਦਿਖਾਈ ਨਹੀਂ ਦੇ ਰਿਹਾ ਹਾਂ ਉਹਦਾ ਸਭ ਤੋਂ ਫਾਇਦਾ ਜ਼ਰੂਰ ਹੋ ਸਕਦਾ ਹੈ ਜਿਹੜੇ ਲੋਕਾਂ ਦੇ ਉੱਤੇ ਕਿਤੇ ਨਾ ਕਿਤੇ ਦੂਸ਼ਣਬਾਜ਼ੀ ਹੋਈ ਹੈ ਕਿਤੇ ਨਾ ਕਿਤੇ ਦੋਸ਼ ਲੱਗਦੇ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਉਨ੍ਹਾਂ ਦਾ ਜੇਕਰ ਪਾਰਟੀ ਚ ਸਫਾਇਆ ਹੋਏਗਾ ਤਾਂ ਉਹਦੇ ਨਾਲ ਕਾਂਗਰਸ ਨੂੰ ਫਾਇਦਾ ਹੋਣ ਦੀਆਂ ਜ਼ਿਆਦਾ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਸੁਖਿੰਦਰ ਜੀ ਹੂੰ ਬਿਲਕੁਲ ਡਾਕਟਰ ਸਾਹਿਬ ਤੁਸੀਂ ਸਟਾਰਨਾਈਜ਼ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਤਾਂ ਫਿਰ ਆਪਣੇ ਦਸਕਿਆਂ ਨੂੰ ਦੱਸ ਦਿੰਦੇ ਆ ਕਿ ਕਾਂਗਰਸ ਦੇ ਪਹਿਲੇ ਉਮੀਦਵਾਰਾਂ ਦੀ ਜਿਹੜੀ ਲਿਸਟ ਹੈ ਜਿਹੜੀ ਸੂਚੀ ਹੈ ਉਹ ਫਾਈਨਲਾਈਜ਼ ਹੋ ਚੁੱਕੀ ਹੈ ਤੇ ਇਸੇ ਹਫ਼ਤੇ ਦੇ ਵਿੱਚ ਜਿਹੜੀ ਹੈ ਉਹ ਲਿਸਟ ਜਾਰੀ ਹੋ ਜਾਊਗੀ ਉਮੀਦਵਾਰਾਂ ਦੀ ਜਿਹੜੀ ਲਿਸਟ ਹੈ ਤੇ ਨਾਲ ਹੀ ਨਾਲ ਇਹ ਵੀ ਤੁਹਾਨੂੰ ਜਾਣਕਾਰੀ ਦੇ ਦਈਏ ਅਸੀਂ ਸੂਤਰਾਂ ਦੇ ਹਵਾਲੇ ਤੋਂ ਪ੍ਰੋਸਯੋਗ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦੇ ਰਹੇ ਹਾਂ ਕਿ ਇਸ ਲਿਸਟ ਦੇ ਵਿੱਚ ਤੁਹਾਨੂੰ ਨਵੇਂ ਚਿਹਰੇ ਵੀ ਜਰੂਰ ਜਿਹੜੇ ਆ ਉਹ ਦੇਖਣ ਨੂੰ ਮਿਲਣਗੇ ਤਾਂ ਹੋਰ ਵੀ ਜਿਹੜੇ ਨਾਲ ਬਿਕਰਮ ਸਿੰਘ ਮਜੀਠੀਆ ਦੀ ਕਬਰ ਦੀ ਅਸੀਂ ਗੱਲਬਾਤ ਕੀਤੀ ਹੈ ਬਿਕਰਮ ਸਿੰਘ ਮਜੀਠੀਆ ਦੇ ਉੱਪਰ ਐਫ ਆਈ ਆਰ ਦਰਜ ਜਿਹੜੀ ਆ ਉਹ ਕੀਤੀ ਗਈ ਹੈ ਤੇ ਅਕਾਲੀ ਦਲ ਅਗੁੰਦੋਸ਼ ਲਾ ਰਿਹਾ ਕਿ ਇਸ ਸਿਆਸਤ ਤੋਂ ਪ੍ਰੇਰਿਤ ਜਿਹੜੀ ਹੈਗੀ ਹੈ ਇਹ ਕਾਰਵਾਈ ਹੈ ਤੇ ਵਿਕਰਮ ਸਿੰਘ ਮਜੀਠੀਆ ਨੂੰ ਸਿਰਫ ਥੱਲੇ ਲਾਉਣ ਲਈ ਅਕਾਲੀ ਦਲ ਦੇ ਵਰਕਰਾਂ ਨੂੰ ਅਕਾਲੀ ਦਲ ਦੇ ਲੋਕਾਂ ਨੂੰ ਡਰਾਉਣ ਦੇ ਲਈ ਕਾਰਵਾਈ ਕੀਤੀ ਜਾ ਰਹੀ ਹੈ ਅਜਿਹੀ ਕਾਰਵਾਈ ਤੋਂ ਗਰੇਜ ਆਵੇ ਅਸੀਂ ਡਰਨ ਵਾਲੇ ਨਹੀਂ ਤਾਂ ਉਧਰ ਸਵਾਲ ਖੜੇ ਕਾਂਗਰਸ ਤੇ ਵੀ ਹੁੰਦੇ ਨੇ ਕਿ ਭਾਈ ਜਦੋਂ ਵਿਕਰਮ ਸਿੰਘ ਮਜੀਠੀਆ ਤੇ ਅਕਾਲੀ ਦਲ ਵਾਲੇ ਖੁਦ ਗ੍ਰਿਫਤਾਰੀ ਦੇਣ ਗਏ ਸੀ ਤਾਂ ਉਦੋਂ ਤੁਸੀਂ ਗ੍ਰਿਫਤਾਰ ਫਿਰ ਕਿਉਂ ਨਹੀਂ ਕੀਤਾ ਨਾਟਕੀ ਟੰਗ ਕਿਉਂ ਵੋਟਾਂ ਦੇ ਨੇੜੇ ਜਾ ਕੇ ਕਾਰਵਾਈ ਕਿਉਂ ਕਿਉਂਕਿ ਗੱਲ ਇਹ ਵੀ ਹੈ ਕਿ ਪਿਛਲੇ 4.5 ਸਾਲ ਸਰਕਾਰ ਇਹੀ ਗੱਲ ਉਡੀਕਦੀ ਰਹੀ ਜਾਂ 2.5 ਸਾਲ ਇਹੀ ਗੱਲ ਉਡੀਕਦੀ ਰਹੀ ਕਿ ਹਾਈ ਕੋਰਟ ਜਿਹੜੀ ਆ ਰਿਪੋਰਟ ਖੋਲੂਗੀ ਤਾਂ ਨਵੀਂ ਸਰਕਾਰ ਬਣੀ ਨਵੀਂ ਸਰਕਾਰ ਵੀ ਇਹੀ ਗੱਲਾਂ ਦੀਕਦੀ ਰਹੀ ਕਿ ਭਾਈ ਜਿਹੜੀ ਹੈ ਹਾਈ ਕੋਰਟ ਰਿਪੋਰਟ ਖੋਲੂਗੀ ਤਾਂ ਨਾ ਹਾਈ ਕੋਰਟ ਨੇ ਰਿਪੋਰਟ ਖੋਲੀ ਨਾ ਸਰਕਾਰ ਨੇ ਖੋਲੀ ਹੁਣ ਵੋਟਾਂ ਨੇੜੇ ਦੇਖ ਕੇ ਜਦੋਂ ਲੋਕਾਂ ਦਾ ਵਿਦਰੋਹ ਇਹਨਾਂ ਦੇ ਖਿਲਾਫ ਜਿਹੜਾ ਉਹ ਉੱਠ ਰਿਹਾ ਉਹਨਾਂ ਦੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਨਾਲ ਲਗਾਤਾਰ ਵਿਰੋਧ ਕਰ ਰਹੇ ਨੇ ਉਸ ਸਾਰੀ ਗੱਲਬਾਤ ਨੂੰ ਦੇਖਦੇ ਹੋਏ ਜਿਹੜੇ ਇਹਨਾਂ ਨੇ ਵੋਟਾਂ ਦੇ ਨੇੜੇ ਜਾ ਕੇ ਕਾਰਵਾਈ ਕਰ ਦਿੱਤੀ ਹੈ ਸਵਾਲ ਇਹੀ ਹੈ ਜੇ ਬੋਟਾਂ ਦੇ ਨੇੜੇ ਜਾ ਕੇ ਕਾਰਵਾਈ ਹੋ ਸਕਦੀ ਹੈ ਤਾਂ ਜਦੋਂ ਚੰਨੀ ਸਰਕਾਰ ਬਣੀ ਸੀ ਦਾ 3 ਮਹੀਨੇ ਉਦੋਂ ਕਿਉਂ ਵੇਸਟ ਕਰਤੇ ਉਦੋਂ ਕਿਉਂ ਹਾਈ ਕੋਰਟ ਦੀ ਵੇਟ ਕੀਤੀ ਗਈ ਉਦੋਂ ਕਿਉਂ ਨਹੀਂ ਖੋਲੀ ਗਈ ਤਾਂ ਉੱਥੇ ਹੀ ਗੱਲ ਇਹ ਵੀ ਹੈ ਕਿ ਜਿਸ ਤਰੀਕੇ ਦੇ ਨਾਲ ਪਿਛਲੇ 2.5-3 ਸਾਲ ਲੰਘਾ ਤੇ ਵੈਸਤਾ 4.5 ਸਾਲ 5 ਸਾਲ ਲੰਘਾਏ ਕਪਤਨ ਰਵਿੰਦਰ ਸਿੰਘ ਨੇ ਪਰ ਰਿਪੋਰਟ ਸਬਮਿਟ ਹੋਣ ਤੋਂ ਬਾਅਦ 2.5-3 ਸਾਲ ਲੰਘਾਏ ਜਿਹੜੇ ਉਹ ਕਿਉਂ ਵੇਸਟ ਕੀਤੇ ਗਏ ਉਦੋਂ ਕਾਰਵਾਈ ਜਿਹੜੀ ਆ ਉਹ ਕਿਉਂ ਨਹੀਂ ਕੀਤੀ ਗਈ ਕਿਤੇ ਨਾ ਕਿਤੇ ਜਿੱਥੇ ਵਿਕਰਮ ਮਰਜੀਠੀ ਨੂੰ ਕੇ ਰੰਦੀ ਕਾਂਗਰਸ ਸਰਕਾਰ ਦੇ ਵੱਲੋਂ ਕੋਸ਼ਿਸ਼ ਹੈ ਉੱਥੇ ਹੀ ਜਿਹੜੀ ਕਾਂਗਰਸ ਸਰਕਾਰ ਖੁਦ ਵੀ ਜਿਹੜੀ ਆ ਉਹ ਕਿਰਦੀ ਦਿਖਾਈ ਦੇ ਰਹੀ ਹੈ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਪਸੰਦ ਆਇਆ ਹੋ ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ